بسم الله الرحمن الرحيم السلام عليكم प्यारे दोस्तों ਤੁਹਾਡਾ ਭਰਾ ਜਵੇਦ ਅਖਤਰ ਪਲੰਬਰ ਫੋਰਮੈਨ ਅਵਾਮੀ ਸੈਂਟਰੀ ਸਟੋਰ ਤੋਂ ਹਾਜ਼ਰੇ ਖਿਦਮਤ ਆ। ਤੁਹਾਨੂੰ ਪਤਾ ਕਿ ਅਸੀਂ ਇੱਕ ਚੈਨਲ ਤਿਆਰ ਕੀਤਾ ਜਿਹਦਾ ਨਾਂ ਹੈ ਸੈਂਟਰੀ ਹਿੰਟਸ, ਠੀਕ ਆ। ਉਹਦੇ ਉੱਤੇ ਅਸੀਂ ਨਵੀਆਂ ਨਵੀਆਂ ਵੀਡੀਓ ਭੇਜਦੇ ਹਾਂ ਤੁਹਾਡੀ ਮਾਲੂਮਾਤ ਵਾਸਤੇ, ਤਾਂ ਕਿ ਤੁਸੀਂ ਜਿਹੜਾ ਹੈ ਨਾ ਪਰੇਸ਼ਾਨ ਨਾ ਹੋਵੋ, ਤੁਹਾਨੂੰ ਘਰ ਬੈਠਿਆਂ ਨੂੰ ਮਾਲੂਮਾਤ ਮਿਲ, ਤੁਸੀਂ ਆਪਣੇ ਹੱਥਾਂ ਨਾਲ ਵੀ ਕੰਮ ਕਰ ਸਕੋ, ਠੀਕ ਹੈ ਨਾ। ਅਤੇ ਸਾਡੇ ਚੈਨਲ ਨੂੰ ਜਿਹੜਾ ਹੈ ਨਾ ਸੈਂਟਰੀ ਹਿੰਟਸ ਨੂੰ ਸਬਸਕ੍ਰਾਈਬ ਕਰਿਆ ਕਰੋ, ਅਤੇ ਵੀਡੀਓ ਜਿਹੜੀ ਅਸੀਂ ਭੇਜੀ ਹੈ ਨਾ ਉਹਨੂੰ ਲਾਇਕ ਜ਼ਰੂਰ ਕਰਿਆ ਕਰੋ, ਠੀਕ ਹੈ ਨਾ। ਅਸੀਂ ਅੱਜ ਤੁਹਾਨੂੰ ਦਿਖਾਵਾਂਗੇ ਕੁਛ ਨਾ ਕੁਛ ਜਿਹੜਾ ਕਿ ਤੁਸੀਂ ਦੇਖ ਕੇ ਅਕਲ ਦੰਗ ਰਹਿ ਜਾਓਗੇ। ਅੱਜ ਦਾ ਜਿਹੜਾ ਸਾਡਾ ਮੌਜੂਦ ਆ ਨਾ ਉਹ ਹੈਗਾ ਇੱਕ ਫਲੱਸ਼ ਟੈਂਕੀ ਦੇ ਬਾਰੇ 'ਚ। ਫਲੱਸ਼ ਟੈਂਕੀ ਜਿਹੜੀ ਅੜੀਸਾ ਦੇ ਪਿੱਛੇ ਲਾਈ ਜਾਂਦੀ ਹੈ, ਉਹਦਾ ਨਾਂ ਅੜੀਸਾ ਫਲੱਸ਼ ਨੂੰ ਫਲੱਸ਼ ਵੀ ਕਹਿੰਦੇ ਆ, ਅੜੀਸਾ ਵੀ ਕਹਿੰਦੇ ਆ, ਅਤੇ ਇੰਡੀਅਨ WC ਵੀ ਕਹਿ ਦਿੰਦੇ ਆ, ਠੀਕ ਹੈ ਨਾ। ਇਸ ਤਰ੍ਹਾਂ ਕੰਬੋਲ ਨੂੰ ਕੀ ਕਹਿੰਦੇ ਆ? ਕਹਿੰਦੇ ਆ ਇੰਗਲਿਸ਼ ਕੰਬੋਰਡ ਵੀ ਕਹਿ ਦਿੰਦੇ ਆ ਉਹਨੂੰ, ਅਤੇ ਕੰਬੋਰਡ ਵੀ ਕਹਿ ਦਿੰਦੇ ਆ, ਠੀਕ ਹੈ ਨਾ। ਇਸ ਤਰ੍ਹਾਂ ਇਹਦਾ ਨਾਂ ਅੜੀਸਾ ਵੀ ਆ, ਉਸ ਤੋਂ ਬਾਅਦ ਇਹਨੂੰ ਫਲੱਸ਼ ਵੀ ਕਹਿ ਦਿੰਦੇ ਆ, ਠੀਕ ਹੈ। ਉਹਦੇ ਪਿੱਛੇ ਜਿਹੜੀ ਫਲੱਸ਼ ਟੈਂਕੀ ਲੱਗਦੀ ਹੈ ਨਾ ਉਹਨੂੰ ਅਸੀਂ ਅੱਜ ਤੁਹਾਨੂੰ ਦਿਖਾਵਾਂਗੇ ਕਿ ਉਹਦੇ ਵਿੱਚ ਕੀ ਕੁਛ ਹੁੰਦਾ, ਠੀਕ ਹੈ ਨਾ। ਹੋਰ ਤੁਸੀਂ ਸੁਣਾਓ ਕਿ ਬਿਲਕੁਲ ਠੀਕ ਹੋ ਨਾ, ਖੈਰ ਖਰੀਦ ਨਾ। ਮੈਨੂੰ ਉਮੀਦ ਆ ਕਿ ਤੁਸੀਂ ਖੈਰ ਖਰੀਦ ਨਾਲ ਹੀ ਹੋਵੋਗੇ, ਅਤੇ ਸਾਡਾ ਚੈਨਲ ਜ਼ਰੂਰ ਦੇਖਿਆ ਕਰੋ, ਤੁਹਾਨੂੰ ਚੰਗੀਆਂ ਚੰਗੀਆਂ ਮਾਲੂਮਾਤ ਮਿਲਣਗੀਆਂ ਸਾਡੇ ਚੈਨਲ ਦੇ ਉੱਤੇ। ਇਹ ਗੱਲਾਂ ਬਾਤਾਂ ਤੁਹਾਨੂੰ ਨਾ ਹੋਰ ਕੋਈ ਨਹੀਂ ਦੱਸੇਗਾ, ਨਹੀਂ ਬਿਲਕੁਲ ਨਹੀਂ ਦੱਸੇਗਾ, ਕਿਉਂਕਿ ਦਫਾਈ ਫੰਡ 'ਚ ਕੋਈ ਵੀ ਨਹੀਂ ਦੱਸਦਾ। ਕਹਿੰਦੇ ਪੈਸੇ ਦੇ ਮਠਿਆਈਆਂ ਖਿਲਾਓ, ਅਸੀਂ ਜਦੋਂ ਕੰਮ ਸਿੱਖਿਆ ਸੀ ਨਾ ਇਹ ਮਠਿਆਈਆਂ ਦੇ ਦੇ ਕੇ ਇੱਕ ਇੱਕ ਮੈਥਡ ਜਿਹੜਾ ਉਹ ਲਿਆ ਸੀਗਾ, ਉੱਦਾਂ ਨੂੰ ਹੱਥ ਨਹੀਂ ਸੀ ਲਾਉਣ ਦਿੰਦੇ, ਕਹਿੰਦੇ ਸੀ ਤੁਸੀਂ ਕੌਣ ਆ ਭਾਈ ਜੀ। ਨਹੀਂ ਨਹੀਂ, ਇਸ ਵਾਸਤੇ ਤੁਹਾਨੂੰ ਕਿਹਾ ਕਿ ਤੁਸੀਂ ਇਹ ਸਾਡੀ ਵੀਡੀਓ ਨੂੰ ਦੇਖਿਆ ਕਰੋ, ਇਹਨੂੰ ਲਾਈਕ ਕਰਿਆ ਕਰੋ, ਅਤੇ ਤੁਹਾਨੂੰ ਸਾਰੀ ਮਾਲੂਮਾਤ ਸੈਂਟਰੀ ਦੇ ਬਾਰੇ 'ਚ ਆਏਗੀ, ਠੀਕ ਹੈ ਨਾ। ਮੈਂ ਮਕੈਨੀਕਲ ਦੇ ਬਾਰੇ 'ਚ ਵੀ ਤੁਹਾਨੂੰ ਦੱਸਿਆ ਕਰਾਂਗਾ, ਕਿਉਂਕਿ ਮੈਂ ਮਕੈਨੀਕਲ ਫੋਰਮੈਨ ਵੀ ਹਾਂ, ਲੇਕਿਨ ਹਜੇ ਮੈਂ ਸੈਂਟਰੀ ਦੇ ਬਾਰੇ 'ਚ ਹਾਂ ਅਤੇ ਉਹੋ ਹੀ ਮਾਲੂਮਾਤ ਦੇ ਰਿਹਾ। ਹੁਣ ਮੈਂ ਆਪਣੇ ਅਸਲ ਮੌਜੂ ਦੀ ਤਰਫ ਆਉਂਦਾ, ਸਾਡਾ ਅੱਜ ਦਾ ਜਿਹੜਾ ਮੌਜੂ ਹੈ ਨਾ ਉਹ ਹੈਗਾ ਫਲੱਸ਼ ਟੈਂਕੀ। ਬਾਕੀ ਅਸੀਂ ਜਿਹੜੀ ਵੀਡੀਓ ਤਿਆਰ ਕਰਦੇ ਹਾਂ ਉਹ ਅਸੀਂ ਆਪਣੀ ਦੁਕਾਨ ਦੇ ਅੰਦਰ ਹੀ ਕਰਦੇ ਹਾਂ, ਬਾਹਰ ਟ੍ਰੈਫਿਕ ਦਾ ਸ਼ੋਰ ਵੀ ਆ ਜਾਂਦਾ, ਇਹਦੇ ਵਾਸਤੇ ਅਸੀਂ ਮਾਜ਼ਰਤ ਖਾਂ, ਠੀਕ ਹੈ ਨਾ। ਕਿਉਂਕਿ ਅਸੀਂ ਦੁਕਾਨ ਦੇ ਵਿੱਚ ਬਹਿ ਕੇ ਬਣਾਉਂਦੇ ਹਾਂ ਅਤੇ ਬਾਹਰ ਗੱਡੀਆਂ ਦੀ ਚੂੰ ਪੈਂ ਟੂੰ ਪੈਂ ਲੱਗੀ ਰਹਿੰਦੀ ਆ, ਇਸ ਵਾਸਤੇ ਪਿੱਛੇ ਆ ਕੇ ਅਸੀਂ ਬਣਾਈ ਦੀ ਆ, ਅਤੇ ਇਹਦੇ ਵਾਸਤੇ ਅਸੀਂ ਮਾਜ਼ਰਤ ਚਾਹੁੰਦੇ ਹਾਂ, ਕਿਉਂਕਿ ਹੋਰ ਸਾਡਾ ਕੋਈ ਹੈ ਨਹੀਂ ਕਿ ਅਸੀਂ ਕਿੱਥੇ ਜਾ ਕੇ ਬਣਾਈਏ, ਜਗ੍ਹਾ ਹੀ ਹੈ ਨਹੀਂ ਸਾਡੇ ਕੋਲ। ਇਸ ਵਾਸਤੇ ਮਾਕੂਲ ਜੀ ਜਗ੍ਹਾ ਸਾਡੇ ਕੋਲ ਦੁਕਾਨ ਦੇ ਪਿੱਛੇ ਹੀ ਹੈਗੀ ਆ, ਜਿਹਦੇ ਵਿੱਚ ਅਸੀਂ ਬਹਿ ਕੇ ਬਣਾਉਂਦੇ ਰਹਿੰਦੇ ਹਾਂ, ਫਿਰ ਤੁਹਾਨੂੰ ਸ਼ੇਅਰ ਕਰਦੇ ਰਹਿੰਦੇ ਹਾਂ, ਠੀਕ ਹੈ ਨਾ। ਹੁਣ ਮੈਂ ਫਿਰ ਆਪਣੇ ਅਸਲ ਮੌਜੂਦ ਦੀ ਤਰਫ ਹੀ ਆਉਂਦਾ ਕਿ ਫਲੱਸ਼ ਟੈਂਕੀ ਮੈਂ ਤੁਹਾਨੂੰ ਹੁਣ ਅਨਬਾਕਸ ਕਰਕੇ ਦਿਖਾਉਣਾ, ਠੀਕ ਹੈ। ਇਹ ਦੇਖੋ ਇਹ ਟੈਂਕੀ ਹੈ ਇੱਕ ਪਾਵਰ ਵਾਲਿਆਂ ਦੀ, ਇਹ ਮੈਂ ਤੁਹਾਨੂੰ ਇਸ ਡੱਬੇ ਦੇ ਵਿੱਚੋਂ ਕੱਢ ਕੇ ਦਿਖਾਉਣਾ, ਠੀਕ ਹੈ ਨਾ। ਇਹ ਤੁਹਾਨੂੰ ਪਤਾ ਲੱਗੇਗਾ ਕਿ ਇਹ ਕੀ ਸ਼ੈ ਆ, ਇਹ ਕਿਸ ਤਰ੍ਹਾਂ ਇਹਦਾ ਵਰਕ ਹੁੰਦਾ ਵਾ, ਠੀਕ ਹੈ। ਅਤੇ ਇਹ ਦੇਖੋ ਇਹਦੇ ਉੱਤੇ ਉਹਨਾਂ ਨੇ ਟੇਪ ਲਾਈ ਹੁੰਦੀ ਆ, ਇਸ ਤਰ੍ਹਾਂ ਇਹਨੂੰ ਕੱਟ ਲਓ ਟੇਪ ਨੂੰ ਇਸ ਤਰ੍ਹਾਂ, ਠੀਕ ਹੈ। ਇਹ ਕੱਟੀ ਗਈ ਆਰਾਮ ਨਾਲ, ਇਹ ਵੀ ਛੁਰੀ ਫੇਰ ਲਓ ਜਿੱਦਾਂ ਬੱਕਰੇ ਨੂੰ ਛੁਰੀ ਫੇਰੀ ਦੀ ਆ, ਠੀਕ ਹੈ। ਇਹ ਸਾਡਾ ਜਨਾਬ ਵਾਲਾ ਡੱਬਾ ਖੁੱਲ੍ਹ ਗਿਆ, ਹੁਣ ਵਿੱਚੋਂ ਅਸੀਂ ਅਸਲ ਮੁੱਦਾ ਕੱਢਾਂਗੇ, ਅਸਲ ਕੀ ਸ਼ੈ ਆ ਜੇ। ਇਹ ਦੇਖ ਕਵਰ ਇਹ ਗਿਆ, ਟੈਂਕੀ ਇਹ ਆਇਆ, ਹੁਣ ਦੇਖੋ ਇਹਦੀ ਵੀ ਇੱਕ ਉਹਨਾਂ ਨੇ ਟੇਪ ਲਾਈ ਕੇ ਬੰਦ ਕੀਤੀ ਹੋਈ ਆ, ਤਾਂ ਕਿ ਟੈਂਕੀ ਦੀ ਕੁਆਲਿਟੀ ਖਰਾਬ ਨਾ ਹੋਵੇ। ਟੈਂਕੀ ਦੀ ਡੈਕੋਰੇਸ਼ਨ ਜਿਹੜੀ ਹੈ ਨਾ ਉਹ ਜੂੰ ਦੀ ਤੂੰ ਹੀ ਰਹਿ ਜਾਵੇ, ਜੇ ਇਹ ਪਲਾਸਟਿਕ ਨਾ ਚੜਾਉਣ ਨਾ, ਅਤੇ ਇਹ ਜਨਾਬ ਖਰਾਸ਼ਾਂ ਲਾ ਲਾ ਕੇ ਟਰੱਕਾਂ ਵਾਲੇ ਮੱਤ ਮਾਰ ਦਿੰਦੇ ਆ ਚੀਜ਼ਾਂ ਦੀ, ਉਹ ਫਿਰ ਡਾਕਟਰ ਨਹੀਂ ਲੈਦਾ ਜਦੋਂ ਖਰਾਸ਼ਾਂ ਲੱਗੀਆਂ ਹੋਣਗੀਆਂ। ਇਸ ਵਾਸਤੇ ਪੂਰੀ ਸੇਫਟੀ ਨਾਲ ਏਜੰਟ ਭੇਜਦੇ ਆ। ਇਹ ਦੇਖੋ ਇਹ ਟੈਂਕੀ, ਇਹਦਾ ਅਗਲਾ ਪਾਸਾ, ਠੀਕ ਹੈ।
हूँ मैं तुहानू इहदा कवर जिहड़ा हैगा ढक्कणा ना उत्ते भी उन्होंने टेप लाई हुई है, मैं तुहानू उह वी खोल के दिखाउणा कि इहदे विच की कुछ हुंदा। ठीक है, खुल गई अपने नाखन अड़ाओ बिच ते लो इन खोल लो इतने यदा लिवर हों जरा अप डाउन करने वाला उन्होंने आराम इस तरह करके तो बाहर कर लो। ठीक है, हूँ मैं तुम दिखा यदा उतला कवर जरा ढकना एदा पुश है एदा लिवर है ये भी बाजार चो मिल जाता है एदा क्लंप बने पंप नूं पुल करन वास्ते पुश करन वास्ते। ठीक है, उन्हूं तां चक्केगा ऐ देख लो कि बहुत खूबसूरत बनाई हुई है पिंक कलर दे विच ऐ देखो ऐ इहदे अंदर फलोट वाल ऐ इहदा फलोट वाल। ठीक है, ऐ इहदा पंप जिहदे विच सील होंदी है रबड़ दी जिहड़ी कि पानी नूं थले जाण तों रोकदी है। फलोट वाल दा काम इह आ कि जूं ही पानी दा फ्लो ज़्यादा फुल भरदा जाएगा इत्थे आ जाएगा ते इह पानी पिछों आना लैण चों बंद हो जाएगा ते फिर तुसीं जिद्दां मर्जी फ्लो करके पुश करो बटन नूं ते टैंकी यूज करो। ठीक है जी, ऐ इहदा पंप आ, मैं पंप खोल के तुहानूं दिखाउणा। ऐदा पंप है ना ये इस तरह मूव करता है, ऐदा लिवर जेड़ा है ना यह इनू तां चकदा उन्हूं पुश करांगे ये तां होएगा। कई हजरात जेड़े है ना भुले फिरते रहिंदे आ ते इहदे अंदर यह देखो इहदे विच सील हुंदी है जिहड़ी कि पानी नूं रोकदी है कपलीन दे उत्ते जाके जदों बहिंदी है ना ते बिल्कुल पानी दा बिल्कुल नहीं आंदा थल्ले तक लीकेज नहीं होएगी। फिर इसी तरह ही इहनूं तुसीं इह कर सकदे हो कि दुबारा उहदे विच ही इहदे लाख बणे आ सामणे लाकां दे विच ही पसाउणा। ऐ देखो इहदे लाख बणे लाकां दे विच ही मैं इहनूं पसाता। ठीक है, हुण इह बाहर नहीं निकलेगा। ठीक है, कई पलंबर हजरात या घर वाले कोई लैके गया आप ही लाने की कोशिश करते भुल जाते हैं फलोट वाल पॉइंट होर पासे बनाया होंदा ते वो भुले होंगे कि हम इधरले पासे किदां लियाई है। असीं इहदे विच उन्होंने ऑप्शन दिता है कि तुसीं फलोट वाल जिहड़ा इधर भी ला सकते हो इधर भी ला सकते इधर भी ला सकते। मैं तुहानूं हुण खोल के ला के दिखाउणा इधर एक उन्होंने इह चीज़ लाई हुई है बंद करने वास्ते प्लग। ठीक है, इन्हू कढ लो फलोट वाल नू इस तरह खोल लो। ठीक है, ऐ फलोट वाल खुल गया प्लग जेड़ा फलोट जिधरों फलोट वाल खोलिया आपां प्लग जेड़ा उधले पासे ला दिओ बस इहदे अंदर एक कलर बनी है वह ला दे फस जांदी। फिर ऐ देखो हुण फलोट वाल जिहड़ा मैं दूसरे पासे ला रहा इधर ला लो जिधर तुहाडा सूत हुंदा उधर भी तब्दील हो सकते ने। ठीक है ना, ये जरूरी नहीं कि उधरले पासे लाउणा। आ देखो ऐ लग गया इहदे थले एक थले वेस्ट लैन ऐ जिहड़ा कप लगा है कप नहीं इहदे थले कुछ होर भी सौदा हैगा कपलीन लगी है इहदे थले जिहड़ी सीट बनी है जिहदे उत्ते सील बहिंदी है ना इहदे विच जिहड़ी इक ऐ निप्पल हुंदी आ इह निप्पल जिहड़ी आ इहदे विच दाखल कर देणी तां कि वेस्टेज लैण वास्ते पैर चढ़ सके सवा तां। ठीक है, इह इस तरह लगनी आ ऐ देखो इहदे विच इक रिंग आ रबड़ दा इह रबड़ दा रिंग इहदे विच दे देणा। ठीक है, उहदी वी कलर बनी हुई आ आ गया इहदे विच पा के इहनूं टाइट कर लो टाइट हो गया।
फिर ये हरबा इस्तेमाल करना आप ये सवा दा पाए पी वी सी गर्म करके चढ़ा दौ थले पा दौ फ्लश बैंड इन किला के दीवार ला दौ ये इंशाला पूरा काम करेगी ठीक है। तो ये एक कनैक्शन पाइप होंगे जो टी काक वाल भी देगा यह कनैक्शन पाइप आएगा पानी देने वास्ते जिथे तुहाडा टी काक लगा है उधर इनू उधर टाइट कर दे तो वाल खोल दौ फिर ये ऐटोमैटिक ये टैंकी काम करेगी ठीक है। तो यह देखो हूँ मैं इनू भी बंद करके दिखाना तो देखो यह चीज़ आ इस तरह ये एक लंप साओ तो उत्ते ढकना बंद कर दो ठीक है जी। हूँ देखो फ्लश करो पानी गया तो फ्लश बिल्कुल साफ हो गया ठीक है जी। ये काम इतने चला गया हूँ मैं उम्मीद आ कि तुहानू ये मैं टैगी जी दिखाई है ये लाने के बारे तुहानू समझ आ गई होनी है। समझना इंसान का काम आ समझा भी इंसान तो मैनू लगता कि हूँ तुहानू सारी समझ आ गई होनी है ठीक है ना। साड़ी नवी आने वाली वीडियो देखने वास्ते ना नवी नवी वीडियो देखने वास्ते ना साडे चैनल सेंटरी हंट्स नू सबसक्राइब करया करो तो वीडियो नू लाइक जरूर करया करो ठीक है ना। अगे फ्लश टैंकियां होर भी है एक किस्म दी नहीं कई किस्म दी ने है क्योंकि मास्टर दी टैंकी दा होर सिस्टम आ होर कंपनी दी टैंकी दा होर सिस्टम आ इस वास्ते मुख्तलिफ सिस्टम उन्होंने बनाए हुए इस वास्ते मैं वारी वारी तुहानू सारियां दे बारे च दसांगा ठीक है। हुण साडे चैनल सेंट्री हेंडस नू सबसक्राइब करया करो ते वीडियो नू लाइक करया करो ते आइंदा आने वाली वीडियो तक वास्ते सानू इजाजत दियो। अल्लाह हाफिज़।